ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ। ਜਿਹਦਾ ਨਾਮ ਹੈ ਗਗਨ ਐਂਡ ਪ੍ਰਵੀਨ। ਤੇ ਅੱਜ ਆਪਾਂ ਜਾ ਰਹੇ ਹਾਂ ਜਿੰਮ, ਤੇ ਫਿਰ ਆਪਾਂ ਬੁਲਟ ਦੀ ਫਰੰਟ ਲਾਈਟ ਚੇਂਜ ਕਰਾਵਾਂਗੇ। ਤੇ ਆਰਡਰ ਕੀਤੀ ਸੀ ਆਪਾਂ ਨੇ, ਤੇ ਉਹ ਫਰੰਟ ਲਾਈਟ ਹੁਣ ਆ ਗਈ ਆਪਣੀ। ਤੇ ਦੇਖਦੇ ਰਹੀਓ ਵੀਡੀਓ ਨੂੰ ਐਂਡ ਤੱਕ, ਸਕਿੱਪ ਨਾ ਕਰਿਓ ਜਮਾਂ ਵੀ। ਤੁਹਾਨੂੰ ਦੱਸਾਂਗੇ ਵੀ ਕਿਹੜੀ ਲਾਈਟ ਪਵਾ ਰਹੇ ਹਾਂ ਬੁਲਟ ਦੇ ਫਰੰਟ ਤੇ। ਤੇ ਪਹਿਲਾਂ ਆਪਾਂ ਜਿੰਮ ਲਾਵਾਂਗੇ, ਫਿਰ ਆਪਾਂ ਲਾਈਟ ਪਾਉਣ ਚੱਲਾਂਗੇ। ਸੋ ਮਿਲਦੇ ਹਾਂ ਤੁਹਾਨੂੰ ਜਿੰਮ 'ਚ। ਇਹ ਆਪਣੀ ਫੈਕਟਰੀ ਹੈ ਜੀ, ਓਮਕਾਰ ਓਇਲ ਮਿਲ। ਤੁਹਾਨੂੰ ਕਦੇ ਦਾ ਵੀ ਚੱਕਰ ਮਰਾਵਾਂਗੇ ਅੰਦਰੋਂ। ਅਤੇ ਭਾਈ ਨੂੰ ਬੁਖਾਰ ਹੋ ਰਿਹਾ, ਡਾਕਟਰ ਦੇ ਛੱਡ ਕੇ ਆਉਂਦੇ ਹਾਂ। ਚੱਲ ਬਾਈ, ਕਰ ਲੈ ਸਟਾਰਟ। ਪੱਟੂ ਕਦੇ ਖੁੱਲ੍ਹਾ ਨਹੀਂ ਮਿਲਦਾ, ਤੁਹਾਨੂੰ ਵੀਡੀਓ 'ਚ ਹਮੇਸ਼ਾ ਦਿਖਦਾ ਰਹੂਗਾ। ਸਾਡੇ ਕੋਈ ਫਟ ਗਿਆ ਹਮੇਸ਼ਾ ਚਰਚਾ 'ਚ ਹੀ ਰਹਿੰਦਾ। ਅਤੇ ਬਾਲਾ ਤੁਹਾਨੂੰ ਪਿਛਲੀ ਵਾਰ ਤੁਹਾਨੂੰ ਦਿਖਾਇਆ ਸੀ, ਬਹੁਤ ਟਾਈਮ ਖਰਾਬ ਕਰਾਉਂਦਾ ਹੈ, ਘੰਟਾ ਘੰਟਾ ਨਹੀਂ ਖੁੱਲ੍ਹਦਾ ਹੈਗਾ ਪਿੰਦਰਾ। ਇੱਕ ਵਾਰ ਆਪਣੇ ਥੱਲੋਂ ਲੰਘਾਇਆ ਸੀ ਫਟਕ ਦੇ, ਅਤੇ ਆਹ ਦੇਖੋ ਰੰਗ ਤਾਰਤਾ ਥੋੜ੍ਹਾ ਨਹੀਂ। ਮੈਂ ਫਟਕ ਲੰਘਾ ਤਾਂ ਕਈ ਵਾਰ ਲਿਆ, ਬਸ ਇੱਕ ਦਿਨ ਥੋੜ੍ਹਾ ਜਿਹਾ ਕਾਲੀ ਤੀ, ਕਾਲੀ ਕਾਲੀ 'ਚ ਆਈ ਵਿੱਚ ਹੀ ਅੜ ਗਿਆ ਫਟਕ ਦੇ। ਨੁਕਸਾਨ ਵੀ ਹੋ ਜਾਂਦਾ ਕਈ ਵਾਰ ਇਸ ਕਾਲੀ ਨਾਲ, ਇਸ ਕਰਕੇ 2 ਮਿੰਟ ਖੜ੍ਹੇ ਹੀ ਚੰਗਾ ਬੰਦੇ ਨੂੰ, ਸੇਫਟੀ ਰਹਿੰਦੀ ਆਪਦੀ ਵੀ। ਜਿੰਮ ਪਹੁੰਚ ਗਏ ਜੀ ਆਪਾਂ, ਅੱਜ ਆਪਾਂ ਲਾਵਾਂਗੇ ਬਾਈਸੈਪਸ, ਅਤੇ ਉਸ ਤੋਂ ਆਪਾਂ ਜਾਵਾਂਗੇ ਬੁਲਟ ਦੀ ਲਾਈਟ ਪਵਾਉਣ। ਅਤੇ ਅੱਜ ਆਪਾਂ ਬਾਈਸੈਪਸ ਲਾਵਾਂਗੇ, ਅਤੇ ਤੁਹਾਨੂੰ ਥੋੜ੍ਹੇ ਥੋੜ੍ਹੇ ਸ਼ੋਰਟਸ ਦਿਖਾਵਾਂਗੇ ਬਾਈਸੈਪਸ ਐਕਸਰਸਾਈਜ਼ ਦੇ। ਪੂਰੀ ਐਕਸਰਸਾਈਜ਼ ਨਹੀਂ ਦਿਖਾਉਂਦੇ, ਪੂਰੇ ਐਕਸਰਸਾਈਜ਼ ਨੂੰ ਫਿਰ ਦਿਖਾਵਾਂਗੇ, ਅਤੇ ਆਪਣੇ ਕੋਲ ਟਾਈਮ ਵੀ ਘੱਟ ਹੈ, ਅਤੇ ਆਪਾਂ ਲਾਈਟ ਪਾਉਣ ਜਾਣਾ, ਇਸ ਕਰਕੇ ਆਪਾਂ ਤੁਹਾਨੂੰ ਥੋੜ੍ਹੇ ਸ਼ੋਰਟਸ ਦਿਖਾਵਾਂਗੇ। ਆ ਜਾਓ ਫਿਰ। ਹੁਣ ਆਪਾਂ ਚੇਂਜ ਕਰ ਲੈਣੇ ਆ, ਅਤੇ ਫਿਰ ਆਪਾਂ ਵਾਰਮ ਅਪ ਕਰਾਂਗੇ, ਅਤੇ ਫਿਰ ਆਪਾਂ ਐਕਸਰਸਾਈਜ਼ ਸਟਾਰਟ ਕਰਦੇ ਹਾਂ। ਹੁਣ ਮਿਲਣਾ ਐਕਸਰਸਾਈਜ਼ ਸਟਾਰਟ ਜੀ, ਆਪਾਂ ਬਾਬੇ ਨੂੰ ਟੇਕਦੇ ਹਾਂ ਮੱਥਾ। ਜੈ ਹਨੂੰਮਾਨ ਜੀ। ਅਤੇ ਆਪਣੇ ਕੋਚ ਸਾਹਿਬ ਨੇ ਸ਼ਰਮਾ ਜੀ, ਕੋਚ ਸ਼ਰਮਾ ਜੀ ਠੀਕ ਹੋ? ਇਹਦਾ ਆਪਣਾ ਬਾਈ ਛੋਟੀ ਜਿੰਮ ਦਾ ਬੰਦੇ ਹਲੇ ਆਏ ਨਹੀਂ ਹੈਗੇ, ਆਉਣਗੇ ਹਲੇ। ਹੋਰ ਬਾਈ, ਆਪਣਾ ਬਾਊਂਸਰ ਬਾਈ ਹੈ, ਚੈੱਕ ਕਰੋ ਬਾਈ ਦਾ ਡੋਲਾ, ਬਹੁਤ ਮਿਹਨਤ ਹੈ ਬਾਈ ਦੀ। ਇੱਧਰ ਆਪਣੇ ਬਾਈ ਨੇ, ਹੋਰ ਭਰਾ ਲੱਗ ਰਹੀ ਨੇ ਮਿਹਨਤ। ਹੋਰ ਮਾਸਟਰ ਜੀ, ਮਾਸਟਰ ਜੀ ਬਲੌਗ ਚੱਲ ਰਹੇ, ਵੀਡੀਓ ਨਹੀਂ ਹੈਗੀ, ਇਹ ਯੂਟਿਊਬ ਤੇ ਪਊਗਾ, ਤੁਹਾਡੀ ਵੀਡੀਓ ਆ ਚੁੱਕੀ ਹੈ ਵਿੱਚ। ਹਾਂ ਹੁਣ ਆਪਾਂ ਬਾਈਸੈਪਸ ਲਾਵਾਂਗੇ ਜੀ, ਪਹਿਲਾਂ ਆਪਾਂ ਪੰਪ ਕਰ ਲੈਣੇ ਆ, ਤੇ ਫਿਰ ਆਪਾਂ ਐਕਸਰਸਾਈਜ਼ ਕਰਦੇ ਆ ਸਟਾਰਟ। ਇਹ ਆਪਣਾ ਫਸਟ ਸੈਟ ਹੈ ਜੀ, ਇਹਦੇ ਆਪਾਂ 4 ਸੈਟ ਲਾਵਾਂਗੇ, ਕੋਈ 15, 12, 10 ਐਂਡ 8 ਰੈਪੀਟੇਸ਼ਨ ਦੇ। ਤੁਹਾਨੂੰ ਪਹਿਲਾ ਸੈਟ ਆਪਾਂ ਦਿਖਾਉਂਦੇ ਹਾਂ। ਸੈਟ ਹੈ ਜੀ, ਇਸ ਤੋਂ ਬਾਅਦ ਆਪਾਂ ਐਕਸਰਸਾਈਜ਼ ਚੇਂਜ ਕਰਾਂਗੇ। ਤਾਂ ਇਹ ਹੈ ਵੀ ਸੈਟ ਹੈ ਮੇਰਾ ਪੂਰਾ, ਇਸ ਤੋਂ ਆਪਾਂ ਬੰਦ ਐਕਸਰਸਾਈਜ਼ ਲੈਣੀ। ਪੰਪ ਹੋ ਗਿਆ ਥੋੜ੍ਹਾ। ਹੁਣ ਆਪਾਂ ਸੈਕਿੰਡ ਸੈਟ ਲਾਉਣ ਜਾ ਰਹੇ ਜੀ,
ਡੰਬਲ ਦਾ ਸੁਣ ਦਿਖਾਉਂਦੇ ਆ। अपन लास्ट सैट है जी हैमर कर ला, इस तो अपन बुलती लैट पहुंच जावे आ सैट अपन लास्ट लास्ट कर लिया अपने, तो हम आप चलते हैं बुलेट की लाइट पाने, तो तुम शॉप पे मिल गया, शॉप पे पहुंच गए आप, तो लाइट भाई अंदर ले गया वो सामने कर लग रहा है, रस्ता लाइट भी बहुत सोहनी लगती है, पर वो एलईडी अपनी वो भी बहुत जचूगी, तो देखियो लुक बुलेट की, तो दस्यो कमेंट करके भी आ वधिया या वो वधिया, दिखाने लाइट अंदर अब देखो बॉस की बैचिंग वाली लाइट है भाई बड़ा कैंट काम करता जी किसी ने बैटरी बूंटरी मोटरसाइकिल का बिजली काम कराना हो बुलेट का सिरा लग जूगा बाकी लगन तो बाद देखेंगे ਕਿਵੇਂ ਲੁੱਕ ਆਉਂਦੀ ਹੈ ਲਾਈਟ ਖੋਲ ਲਈ ਬਾਈ ਨੇ ਇੱਧਰ ਬਾਈ ਚੈੱਕ ਕਰ ਰਹੇ ਨੇ ਲਾਈਟ ਨੂੰ ਸੋਹਣੀ ਲੱਗੂਗੀ ਨਾ ਇਹ ਆਪਣੀ ਜਾਖਲ ਮੰਡੀ ਦਾ ਰੋਡ ਹੈ ਜੀ ਬੁਲਟ ਦੀ ਲੁੱਕ ਦੇਖੋ ਕਿਵੇਂ ਲੱਗ ਰਿਹਾ ਦੱਸਿਓ ਕਮੈਂਟ 'ਚ ਸਾਰੇ ਹਾਂ ਬਾਈ ਅੱਛਾ ਬਾਈ ਠੀਕ ਹੈ ਠੀਕ ਹੈ ਵੀਰੇ ਕਿਸੇ ਨੂੰ ਹੋਰ ਦਿਖਾਉਂਦੇ ਹਾਂ ਵਿਆਹ ਹੋਰ ਨਾਲ ਥੋੜ੍ਹਾ ਵੇਟ ਜ਼ਿਆਦਾ ਹੋ ਰਿਹਾ ਅਤੇ ਹੁਣ ਇਹ ਅੱਗੇ ਨੂੰ ਝੁੱਕ ਜਾਂਦੇ ਨੇ ਆਹ ਦੇਖੋ ਜੇ ਮੌਸਮ ਚੱਲਦਾ ਹੈ ਨਾ ਤਾਂ ਫਿਰ ਉਹਨੂੰ ਵਾਰ ਵਾਰ ਐਂ ਕਰਕੇ ਥੋੜ੍ਹਾ ਐਂ ਪਿੱਛੇ ਕਰਨਾ ਪੈਂਦਾ ਇਹਨਾਂ ਨੂੰ ਫਿਰ ਜਾ ਕੇ ਕੱਢਦੇ ਨੇ थोड़े हैवी हो जाते हैं बट कोई नहीं भाई हूँ लाइट में फिट कर लगे चेक कर लग रहे चला के ना पार्किंग चाह सही है हाँ पार्किंग चाह सही है तो फिर दूजा किमें होया करूगा ना ऐवे ना करे ब्लिंक ना करे कोई स्विच ला देना के ना कल्ली है करूंगा चाहे ता चला ला हां चाहे आ चला ला इक्को चलो इना चो हां दो दोनों नहीं चल देगे ए आ चला ला ए आ चला ला दो ही दो दबा है हुने कदल पे हां आ रंग हो रोवे ते हुने आ रंग बदल होना ठीक है बस ऐवे रंग बदली जाना रंग तां ते बदल ਇੱਕ ਚੱਲੂ ਰੰਗ ਦੋਏ ਕਰਦੇ ਯਾਰ ਕੋਈ ਸੁੱਚ ਬੁੱਚ ਲਾ ਦੇ ਇਹ ਆਪਣਾ ਪਾਰਕਿੰਗ ਲੈਟ ਚੱਲਿਆ ਕਰੂ ਜੀ ਬੁਲਟ ਖੜ ਗਿਆ ਉਦੋਂ ਇਹ ਬਲਿੰਕ ਕਰਿਆ ਕਰੂਗਾ ਅਤੇ ਬਾਕੀ ਆਪਣੇ ਲੈਟਾਂ ਉੱਥੇ ਚੱਲਿਆ ਕਰਨਗੀਆਂ ਆਪਣੀ ਮੇਨ ਸਵਿੱਚ ਤੋਂ ਪ੍ਰਪੈਰੀ ਆ ਬਾਕੀ ਤੁਸੀਂ ਦੱਸਿਓ ਕਮੈਂਟ 'ਚ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸਾਰਿਆਂ ਨੂੰ ਇਸ ਦੇ ਆਪਣੇ ਕੋਲੇ ਚਾਰ ਆਪਸ਼ਨ ਆਉਂਦੇ ਨੇ ਜੀ ਜਿਵੇਂ ਇੱਕ ਤਾਂ ਹੋ ਗਿਆ ਪਾਰਕਿੰਗ 'ਚ ਅਤੇ ਬਾਕੀ ਆ ਦੋ ਫੋਗ ਲੈਂਪ ਹੋ ਗਏ ਪਰ ਇੱਕ ਚੌਥਾ ਆਪਸ਼ਨ ਉਹਦੀ ਆਪਾਂ ਹਾਲੇ ਲਾਈਟ ਲਾਈ ਨਹੀਂ ਹੈਗੀ ਬਾਈ ਕਹਿੰਦਾ ਕੋਈ ਵੀਡੀਓ ਵੀਡੀਓ ਦੇਖ ਲਈ ਯੂਟਿਊਬ 'ਤੇ ਵੀ ਤਾਂ ਕਰਕੇ ਫਿਰ ਉਹ ਬਾਅਦ 'ਚੋਂ ਆਪਾਂ ਕੋਈ ਸੁੱਚ ਅੱਡ ਲਾ ਦਾਂਗੇ ਬਾਕੀ
चार हो चुके हैं पॉइंट अपना। सो देखो तो सारे भाई कहना बड़ी घंट लग जाए, कहना क्यों भाई घंट लग जावा। चलो जी मुल पै गया बस, होर तो की है ये चीजा होंदिया ने। बाकी होर भी आप कराई जावे, हाले लाइटिंग होर भी बहुत करावे, बाकी सेंसर वगैरह चेंज करावे, इसमें दिखाई जावे जिम्मे जिम्मे आप मोडिफिकेशन होगी। घर पहुँच गए जी, तो प्रवीण नूं आप इंस्टीट्यूट तो लेके आए सी नाल, तो हाल तक इन्हें तेन पता बुलेट च कोई चेंज लग रहा तेन है नहीं। देख हाल तक लाइट नहीं देखेगी, नाल बैठ गए ले जाखल तो लगता है चेक करिए सुच ऑन कर। किवें लगी? सोहनी है ना। चलो प्रवीण पसंद आई जी लाइट, तो पसंद आई नहीं सोहनी है ना। तो हम सू फड़ी फोन ये लो लिम है जी, लो बल्ब है इतने फुल हो जाती है नेरे च ज्यादा वधिया लगूगी। अपने में पासिंग लाइट भी दे सकते आप। सोनिया व्लॉग का एंड करते हैं जी, तो तुम दस्यो सारी लाइट सुन किवें दी लगी, तो लाइक शेयर कमेंट तो सबसक्राइब जरूर कर दियो चैनल नूं, तो होर व्लॉग्स देखने लई चैनल नूं सबसक्राइब कर लियो, तो इंस्टाग्राम पर भी फॉलो कर लियो अपना पेज इंस्टा पर हबी वाइफी शर्मा के नाम तो, उत्ते सोचते रील पाते रहने, तो बाकी लाइक कर दियो।